ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਾਵਲ ਇੱਕ ਹੋਰ ਨਵਾਂ ਸਾਲ ਦੀ ਬੈਕ ਐਕਸਰਸਾਈਜ਼ ਜਿਹਦੇ ਵਿੱਚ ਸਾਡੇ ਸ਼ੋਰਟ ਕੁਐਸ਼ਨ ਆਨਸਰ ਤੇ ਬਾਤ ਤਾਲਾਪ ਹੈ ਹਾਡਾ ਪਹਿਲਾ ਕੁਐਸ਼ਨ ਹੈ ਕਹਿੰਦਾ ਕਿ ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈੱਡ ਤੇ ਬੈੱਡ ਦੀ ਕਿਉਂ ਮੰਗ ਕਰਦਾ ਹੈ ਹਾਡਾ ਆਨਸਰ ਹੈ ਨਵਾਂ ਸਾਲ ਹੋਣ ਕਰਕੇ ਫਿਰ ਇਹ ਕਵੈਸ਼ਨ ਬੰਤੇ ਦਾ ਸਵੇਰੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਤੇ ਕਿਉਂ ਆਨਸਰ ਹੈਗਾ ਸਟੇਸ਼ਨ ਉੱਤੇ ਸਵਾਰੀਆਂ ਲੈਣ ਲਈ ਨਾਵਲ ਦਾ ਨਾਇਕ ਪਹੀਏ ਦੀ ਤੁਲਨਾ ਕਿਸ ਚੀਜ਼ ਨਾਲ ਕਰਦਾ ਹੈ ਤੇ ਕਿਵੇਂ ਹੈ ਅਨਸਰ ਹੈ ਜੀਵਨ ਦੇ ਚੱਕਰ ਨਾਲ ਜਿਵੇਂ ਪਹੀਏ ਦੀ ਸੰਭਾਲ ਜ਼ਰੂਰੀ ਹੈ ਰਿਕਸ਼ਾ ਚਲਾਉਣ ਵਾਸਤੇ ਉਸੇ ਤਰ੍ਹਾਂ ਸਰੀਰ ਦੀ ਸੰਭਾਲ ਨਾਲ ਜੀਵਨ ਦਾ ਚੱਕਰ ਚੱਲਦਾ ਹੈ ਠੀਕ ਹੈ ਬੇਟਾ ਮਤਲਬ ਸ਼ੋਰਟ ਵਿੱਚ ਅਸੀਂ ਲਿਖਣਾ ਮੈਂ ਵੈਸੀ ਐਗਜ਼ਾਮਪਲ ਦਿੰਦੀ ਆ ਕਿ ਜਿਵੇਂ ਅਸੀਂ ਜਿਵੇਂ ਬੰਤਾ ਜਿਹੜਾ ਹੈ ਰਿਕਸ਼ਾ ਚਲਾਉਂਦਾ ਹੈ ਤੇ ਉਹ ਪਹੀਏ ਦੀ ਦੇਖਭਾਲ ਕਰੇਗਾ ਤੇ ਫੇਰ ਹੀ ਉਹਦਾ ਰਿਕਸ਼ਾ ਅੱਛੀ ਤਰ੍ਹਾਂ ਚੱਲੇਗਾ ਠੀਕ ਹੈ ਇਸੇ ਤਰ੍ਹਾਂ ਸਰੀਰ ਹੈ ਸਰੀਰ ਦੀ ਵੀ ਦੇਖਭਾਲ ਕਰਾਂਗੇ ਤੇ ਜਿਹੜਾ ਜੀਵਨ ਦਾ ਚੱਕਰ ਉਹ ਚੰਗਾ ਚੱਲੇਗਾ ਫਿਰ ਹੈਗਾ ਕਿ ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ ਕਰਜ਼ਾ ਦੇਣ ਦੀ ਚਿੰਤਾ ਵਿੱਚ ਬੰਤਾ ਪੜਨ ਤੋਂ ਕਿਉਂ ਹਟ ਗਿਆ ਪਿਤਾ ਦੀ ਮੌਤ ਕਾਰਨ ਫਿਰ ਹਾਡਾ ਕੁਐਸਚਨ ਹੈ ਬੰਤਾ ਖੇਤ ਮਜ਼ਦੂਰ ਤੋਂ ਰਿਕਸ਼ਾ ਚਾਲਕ ਕਿਵੇਂ ਬਣਿਆ ਹਾਡਾ ਆਨਸਰ ਹੈ ਸਰਦਾਰਾਂ ਦੀ ਗੁਲਾਮੀ ਤੋਂ ਤੰਗ ਹੋ ਕੇ ਫਿਰ ਕੁਐਸਚਨ ਹੈ ਬੰਤੇ ਨੇ ਚਪਰਾਸੀ ਦੀ ਨੌਕਰੀ ਕਿਉਂ ਛੱਡ ਦਿੱਤੀ ਆਨਸਰ ਹੈਗਾ ਕਿਉਂਕਿ ਉਸ ਨੂੰ ਦਫ਼ਤਰ ਤੋਂ ਬਾਅਦ ਸਾਬ ਦੇ ਘਰ ਜਾ ਕੇ ਕੰਮ ਕਰਨਾ ਪੈਂਦਾ ਸੀ ਫਿਰ ਹੈਗਾ ਬੰਤੇ ਨੇ 5ਵੀਂ ਦਾ ਇਮਤਿਹਾਨ ਕਿਵੇਂ ਪਾਸ ਕੀਤਾ ਹਾਡਾ ਆਨਸਰ ਹੈ ਸਾਰੇ ਮਹੀਨਿਆਂ ਦੀਆਂ ਫੀਸਾਂ ਜਮ੍ਹਾਂ ਕਰਾ ਕੇ ਫਿਰ ਹੈਗਾ ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ ਹਾ ਅਨਸਰ ਹੈ ਜਲੰਧਰ ਰੇਡੀਓ ਸਟੇਸ਼ਨ ਉੱਤੇ ਪ੍ਰੋਗਰਾਮ ਕਰਨ ਲਈ ਫਿਰ ਕੁਐਸਚਨ ਹੈਗਾ ਕਿ ਰਾਏ ਤੇ ਰਿਕਸ਼ਾ ਦੇਣ ਵਾਲੇ ਨੂੰ ਬੰਤਾ ਖੁਸ਼ਕਿਸਮਤ ਕਿਉਂ ਸਮਝਦਾ ਹੈ ਹਾ ਅਨਸਰ ਹੈ ਕਿਉਂਕਿ ਉਹਨਾਂ ਨੂੰ ਘਰ ਬੈਠੇ ਬੁਟਾਏ ਰਿਕਸ਼ੇ ਦਾ ਕਿਰਾਇਆ ਮਿਲ ਜਾਂਦਾ ਹੈ ਫਿਰ ਕੁਐਸਚਨ ਹੈ ਰਿਕਸ਼ਾ ਚਾਲਕ ਦੀ ਮਾਂ ਕਿੱਥੇ ਰਹਿੰਦੀ ਹੈ ਤੇ ਉਹ ਉਸ ਦੀ ਦੇਖਭਾਲ ਕਿਵੇਂ ਕਰਦਾ ਹੈ ਹਾ ਅਨਸਰ ਹੈ ਉਸ ਦੀ ਮਾਂ ਤਾਰੋ ਤਾਰੋ ਜਿਹੜੀ ਹੈ ਉਹਦੀ ਨੂੰਹ ਹੈ ਤੇ ਉਸਦੀ ਮਾਂ ਤਾਰੋ ਨਾਲ ਲੜ ਕੇ ਪਿੰਡ ਵਿੱਚ ਵਖਰੀ ਰਹਿੰਦੀ ਹੈ ਤੇ ਉਹ 1-2 ਮਹੀਨੇ ਬਾਅਦ ਉਸ ਨੂੰ ਕੁਝ ਪੈਸੇ ਦੇ ਦਿੰਦਾ ਹੈ ਫਿਰ ਕੁਐਸਚਨ ਹੈ ਨਵੇਂ ਸਾਲ ਤੇ ਰਿਕਸ਼ਾ ਚਾਲਕ ਬੰਤਾ ਚਾਹੁੰਦਾ ਹੋਇਆ ਵੀ ਗੁਰਦੁਆਰੇ ਕਿਉਂ ਨਾ ਜਾ ਸਕਿਆ ਹਾਡ ਅਨਸਰ ਹੈ ਭੀੜ ਹੋਣ ਕਰਕੇ ਫਿਰ ਹੈਗਾ ਰਿਕਸ਼ਾ ਚਾਲਕ ਦੇ ਕਿੰਨੇ ਬੱਚੇ ਹਨ ਤੇ ਉਹਨਾਂ ਦੀ ਪੜ੍ਹਾਈ ਸੰਬੰਧੀ ਉਹਨਾਂ ਦੇ ਕੀ ਵਿਚਾਰ ਸਨ ਤਿੰਨ ਬੱਚੇ ਨੇ ਤਿੰਨਾਂ ਬੱਚਿਆਂ ਦੇ ਵਿੱਚ ਹੈਗੇ ਦੋ ਕੁੜੀਆਂ ਤੇ ਇੱਕ ਮੁੰਡਾ ਉਹਦਾ ਕੀ ਵਿਚਾਰ ਸੀ ਉਹ ਉਹਨਾਂ ਸਾਰਿਆਂ ਨੂੰ ਬਰਾਬਰ ਦਾ ਪੜਾਉਣਾ ਚਾਹੁੰਦਾ ਸੀ ਕਹਿੰਦਾ ਮਤਲਬ ਹੈ ਕਿ ਰਿਕਸ਼ੇ ਵਾਲੇ ਦੇ ਤਿੰਨ ਬੱਚੇ ਸਨ ਤੇ ਉਹ ਉਹਨਾਂ ਸਾਰਿਆਂ ਨੂੰ ਸਾਰਿਆਂ ਨੂੰ ਬਰਾਬਰ ਦਾ ਪੜਾਉਣਾ ਚਾਹੁੰਦਾ ਸੀ ਫਿਰ ਹੈਗਾ ਜੱਲਿਆਂ ਵਾਲੇ ਬਾਗ ਦੇ ਖੂਨੀ ਸ਼ਾਕਾ ਬਾਰੇ ਸ਼ਾਕੇ ਬਾਰੇ ਬੰਤੇ ਦਾ ਕੀ ਵਿਚਾਰ ਸੀ ਹਰ ਡਾਂਸਰਾ ਉਸ ਨੂੰ ਖੂਹ ਖੂਹ ਵਿੱਚ ਡਿੱਗ ਕੇ ਸ਼ਹੀਦ ਹੋਣ ਵਾਲੇ ਤੇ ਕੰਧਾਂ ਤੇ ਗੋਲੀਆਂ ਦੇ ਨਿਸ਼ਾਨ ਯਾਦ ਆਉਂਦੇ ਹਨ ਫਿਰ ਹੈਗਾ ਡੋਨੋ ਮਾਜਾ ਮਰ ਜਾ ਲਾ ਰਹੇ ਬੰਦੇ ਵੇਕੇ ਮੱਝਾ ਲਾ ਰਹੇ ਇਹ ਬੰਦੇ ਨੂੰ ਵੇਖ ਕੇ ਰਿਕਸ਼ੇ ਵਾਲੇ ਦੇ ਦਿਮਾਗ ਵਿੱਚ ਕੀ ਵਿਚਾਰ ਆਉਂਦਾ ਹੈ ਤੁਹਾਡਾ ਆਨਸਰ ਹੈ ਆਪਣੀਆਂ ਉਂਗਲਾਂ ਠੰਡ ਨਾਲ ਆਕੜੀਆਂ ਵੇਖ ਕੇ ਉਸਦੇ ਦਿਮਾਗ ਵਿੱਚ ਡੋਰ ਨੂੰ ਮੱਝਾ ਲਾਉਣ ਵਾਲੇ ਬੰਦੇ ਦਾ ਵਿਚਾਰ ਆਉਂਦਾ ਹੈ ਜੋ ਕਿ ਠੰਡ ਵਿੱਚ ਕੰਮ ਕਰ ਰਿਹਾ ਸੀ ਫਿਰ ਤੁਹਾਡਾ ਕੁਐਸਚਨ ਹੈ ਕੀਰਤੀਆਂ ਦੇ ਹੱਥ ਤਾਂ ਕੰਮ ਕਰਦੇ ਆ ਹੀ ਸੋਹਣੇ ਲੱਗਦੇ ਹਨ ਲੱਗਦੇ ਨੇ ਰਿਕਸ਼ੇ ਵਾਲੇ ਨੇ ਅਜਿਹਾ ਕਿਉਂ ਕਿਹਾ ਤੁਹਾਡਾ ਆਨਸਰ ਹੈ ਆਪਣੇ ਹੱਥਾਂ ਦੀ ਖੁਸ਼ਕੀ ਤੇ ਡੋਰ ਨੂੰ ਮੱਝਾ ਲਾਉਣ ਵਾਲੇ ਦੇ ਹੱਥਾਂ ਨੂੰ ਵੇਖ ਕੇ ਉਸਨੇ ਅਜੀਹਾ ਕਿਹਾ ਠੀਕ ਹੈ ਉਸਨੇ ਅਜੀਹਾ ਸੋਚਿਆ ਠੀਕ ਹੈ ਬੇਟਾ ਇਹ ਤੇ ਸੋਚਿਆਣਾ ਰਿਕਸ਼ੇ ਵਾਲੇ ਵਾਲਾ ਮਿਤੋਦ ਇਹ ਮਿਤੋ ਦੀ ਦੁਕਾਨ ਤੇ ਹੀ ਆਪਣੇ ਰਿਕਸ਼ੇ ਵਿੱਚ ਹਵਾ ਕਿਉਂ ਪੜਨੀ ਚਾਹੁੰਦਾ ਸੀ ਤੁਹਾਡਾ ਆਨਸਰ ਹੈ ਬੰਤੇ ਅਨੁਸਾਰ ਉਹ ਚੰਗਾ ਬੰਦਾ ਹੈ ਤੇ ਛੋਟੇ ਮोटे ਕੰਮ ਬਿਨਾ ਪੈਸੇ ਦੇ ਕਰ ਦਿੰਦਾ ਹੈ ਫਿਰ ਤੁਹਾਡਾ ਕੁਐਸਚਨ ਹੈ ਰਿਕਸ਼ੇ ਵਾਲੇ ਦੀ ਪਤਨੀ ਤਾਰੋ ਕਿਸ ਦੇ ਘਰ ਕੰਮ ਕਰਦੀ ਹੈ ਤੁਹਾਡਾ ਆਨਸਰ ਹੈ ਸਕੂਲ ਦੇ ਮਾਸਟਰ ਦੇ ਘਰ ਹੁਣ ਹੈਗੇ ਸਾਨੂੰ ਵਾਰਤਾ ਲਾਪ ਸਬੰਧੀ ਜਿਹੜੇ ਸਾਡੇ ਪ੍ਰਸੰਗ ਤੇ ਵਿਆਖਿਆ ਆ ਨੇ ਉਹ ਹੈ ਪਹਿਲੀ ਵਾਰਤਾ ਲਾਪ ਸਾਡੇ ਫਸਟ ਵਾਰਤਾ ਲਾਪ ਹੈ ਭਲਿਏ ਲੋਕੇ ਜਿਹੜੀ ਚਾ ਵੱਡੇ ਲੋਕ ਬਿਸਤਰ ਸ਼ਟਡਾਉਨ ਤੋਂ ਪਹਿਲਾਂ ਪਿੰਦੇ ਨੇ ਉਹੀ ਹੁੰਦੀ ਹੈ ਬੈਡਟੀ ਚੱਲ ਉੱਠ ਸੋਰੀ ਚੱਲ ਉੱਠ ਪਿਆ ਅੱਜ ਸਾਨੂੰ ਵੀ ਬੈਡਟੀ ਕਹਿੰਦੇ ਕਿ ਇਹ ਇਹਦੇ ਵਿੱਚ ਅਸੀਂ ਵਿਆਖਿਆ ਕਿ ਇਸ ਤਰ੍ਹਾਂ ਕਰਾਂਗੇ ਪ੍ਰਸੰਗ ਕਿਸਿਆਂ ਕਰਾਂਗੇ ਉਹ ਪੜਨੇ ਆ ਪ੍ਰਸੰਗ ਵਿੱਚ ਅਸੀਂ ਲਿਖਾਂਗੇ ਇਹ ਸ਼ਬਦ ਨਿਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਕਾਂਡ ਸਵੇਰ ਵਿੱਚ ਲਿਆ ਗਿਆ ਹੈ ਇਹ ਸ਼ਬਦ ਬੰਤਾ ਤਾਰੋਂ ਨੂੰ ਉਹਦੋਂ ਕਹਿੰਦਾ ਹੈ ਜਦੋਂ ਉਹ ਮੰਜੇ ਤੇ ਬੈਠਾ ਬੈਡ ਟੀ ਮੰਗਦਾ ਹੈ ਵਿਆਖਿਆ ਕੀ ਹੈ ਬੰਤਾ ਤਾਰੋਂ ਨੂੰ ਕਹਿੰਦਾ ਹੈ ਕਿ ਬੈਡ ਟੀ ਉਹ ਹੁੰਦੀ ਹੈ ਜੋ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪਿੰਦੇ ਹਨ ਤੇ ਅੱਜ ਨਵਾਂ ਸਾਲ ਚੜਨ ਦੀ ਖੁਸ਼ੀ ਵਿੱਚ ਉਹ ਵੀ ਬੈਡ ਟੀ ਪੀਣਾ ਚਾਹੁੰਦਾ ਹੈ ਫਿਰ ਤੁਹਾਡਾ ਕੁਐਸਚਨ ਆ ਜਾਂਦਾ ਵਾਰਤਾਲਾਪੰਦਾ ਸੈਕਿੰਡ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਅਸੀਂ ਤਾਂ ਉਹਨਾਂ ਦੇ ਪਾਸ਼ਕੂ ਵੀ ਨਹੀਂ ਮੰਦਰ ਦਿਚਾਈ ਠੀਕ ਹੈ ਇਹ ਕਿੰਨੇ ਕਿਹਾ ਹੀ ਇਹ ਗੱਲਾਂ ਕਿੱਥੇ ਹੈ ਕਈਆਂ ਨੇ ਪ੍ਰਸੰਗ ਵਿੱਚ ਲਿਖਾਂਗੇ ਇਹ ਸ਼ਬਦ ਨਰੀਂਜਨ ਤਸਲੀਮ ਦੇ ਨਾਟਕ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਟ ਵਿੱਚੋਂ ਲਏ ਗਣ ਇਹ ਸ਼ਬਦ ਬੰਤੀ ਦੇ ਰਿਕਸ਼ੇ ਵਿੱਚ ਬੈਠੀਆਂ ਸਵਾਰੀਆਂ ਵਿੱਚੋਂ ਪਤੀ ਆਪਣੀ ਪਤਨੀ ਨੂੰ ਉਹਦੂ ਕਹਿੰਦਾ ਹੈ ਜਦੋਂ ਉਸਦੀ ਪਤਨੀ ਭਾਰਤ ਤੇ ਅਮਰੀਕਾ ਦੀ ਅਮੀਰੀ ਦੀ ਤੁਲਨਾ ਕਰਦੀ ਹੈ ਠੀਕ ਹੈ ਵਿਆਖਿਆ ਵਿੱਚ ਲਿਖਾਂਗੇ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਾਡਾ ਦੇਸ਼ ਅਮਰੀਕਾ ਦੇ ਮੁਕਾਬਲੇ ਬਹੁਤ ਗਰੀਬ ਹੈ ਅਸੀਂ ਇੰਨੇ ਗਰੀਬ ਹਾਂ ਕਿ ਅਸੀਂ ਅਮਰੀਕਾ ਦੀ ਥੋੜੀ ਜਿਹੀ ਬਰਾਬਰੀ ਵੀ ਨਹੀਂ ਕਰ ਸਕਦੇ ਫਿਰ ਹੈਗਾ 3rd ਨੰਬਰ ਤੇ ਵਾਰਤਾਲਾਪ ਆਪਾਂ ਵੀ ਆਪਣੀਆਂ ਦੋਵਾਂ ਦੋਹਾ ਕਾਕੀਆਂ ਨੂੰ ਉਨਾ ਹੀ ਪੜਾਵਾਂਗੇ ਜਿੰਨਾ ਕਿ ਫੁੱਮਣ ਨੂੰ ਠੀਕ ਹੈ ਪ੍ਰਸੰਗ ਵਿੱਚ ਇਹ ਲਿਖਾਂਗੇ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਡ ਵਿੱਚ ਲਿਆ ਗਿਆ ਹੈ ਇਹ ਸ਼ਬਦ ਬੰਤਾ ਉਦੋਂ ਆਪਣੇ ਮਨ ਵਿੱਚ ਸੋਚਦਾ ਹੈ ਜਦੋਂ ਉਹ ਦਰਬਾਰ ਸਾਹਿਬ ਮੁੰਡੇ ਨੂੰ ਮੱਥਾ ਟਿਕਾਉਣ ਜਾ ਰਹੇ ਪਤੀ ਪਤਨੀ ਨੂੰ ਆਪਸ ਵਿੱਚ ਗੱਲਾਂ ਕਰਦੇ ਸੁਣਦਾ ਹੈ ਵਿਆਖਿਆ ਵਿੱਚ ਲਿਖਾਂਗੇ ਬੰਤਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਹ ਵੀ ਆਪਣੀਆਂ ਕੁੜੀਆਂ ਨੂੰ ਫੁੱਮਣ ਦੇ ਬਰਾਬਰ ਹੀ ਪੜ੍ਹਾਏਗਾ ਕੁੜੀਆਂ ਤੇ ਮੁੰਡੇ ਵਿਚਕਾਰ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰੇਗਾ ਫਿਰ ਹਟ ਆ ਜਾਂਦਾ 4th ਨੰਬਰ ਤੇ ਕੀਵੇਂ ਨਾਲ ਲੱड्डੂ ਪੜਨ ਦੇ ਹਾਲੀ ਗੁੱਡੀ ਨੂੰ ਦਿਲ ਲਾ ਕੇ ਕਹਿੰਦੇ ਕਿ ਪ੍ਰਸੰਗ ਵਿੱਚ ਲਿਖਨੇ ਆ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਰਡ ਵਿੱਚ ਲਿਆ ਗਿਆ ਹੈ ਲੇ ਗਏ ਹਨ ਇਹ ਸ਼ਬਦ ਰਾਮਾਨੰਦ ਬਾਗ ਜਾਨ ਲਈ ਬੈਠੇ પતિ ਪਤਨੀ ਵਿੱਚੋਂ ਪਤੀ ਆਪਣੀ ਪਤਨੀ ਨੂੰ ਉਹਦੋਂ ਕਹਿੰਦਾ ਹੈ ਜਦੋਂ ਉਹ ਆਪਣੀ ਵੱਡੀ ਧੀ ਸਰਵੰਨੀ ਸੁਵਰਨੀ ਦਾ ਰਿਸ਼ਤਾ ਪਿਪਲੀ ਪਿੰਡ ਦੇ ਮੁੰਡੇ ਨਾਲ ਕਰਨ ਲਈ ਕਹਿੰਦੀ ਹੈ ਤੇ ਇਹ ਵੀ ਕਹਿੰਦੀ ਹੈ ਕਿ ਚੰਗਾ ਮੁੰਡਾ ਹੱਥੋਂ ਨਹੀਂ ਨਿਕਲ ਨਿਕਲਣ ਦੇਣਾ ਚਾਹੀਦਾ ਸ਼ਾਇਦ ਅੱਗੇ ਕੋਈ ਚੰਗਾ ਲੱਭੇ ਜਾਣਾ ਵਿਆਖਿਆ ਵਿੱਚ ਇਹ ਲਿਖਾਂਗੇ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਬਾਅਦ ਵਿੱਚ ਵੀ ਚੰਗੇ ਮੁੰਡੇ ਲੱਭ ਹੀ ਜਾਣਗੇ ਇਸ ਲਈ ਉਹ ਹਾਲੇ ਕੁੜੀ ਨੂੰ ਮੰਨ ਲਾ ਕੇ ਪੜਨ ਦੇਵੇ ਫਿਰ ਕਹਿੰਦੇ 5th ਨੰਬਰ ਤੇ ਵਾਰਤਾ ਲਾਵਾ ਕਹਿੰਦਾ ਇਹਨਾਂ ਸ਼ੂਸ਼ੜਿਆਂ ਨਾਲ ਸਾਡਾ ਕੀ ਬਣਨਾ ਹੈ ਪਿੰਡ ਚੱਲ ਕੇ ਪੀਾਂਗੇ ਬਾਟੇ ਵਿੱਚ ਪ੍ਰਸੰਗ ਵਿੱਚ ਲਿਖਾਂਗੇ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਟ ਵਿੱਚ ਲਏ ਗਏ ਹਨ ਇਹ ਸ਼ਬਦ ਬੰਤੇ ਦੇ ਰਿਕਸ਼ੇ ਵਿੱਚ ਚਾਟੀ ਵਿੰਡ ਦਰਵਾਜੇ ਜਾਣ ਲਈ ਬੈਠੇ ਦੋ ਨੌਜਵਾਨਾਂ ਵਿੱਚੋਂ ਮੱਖਣ ਆਪਣੇ ਸਾਥੀ ਨੂੰ ਉਹਦੂ ਕਹਿੰਦਾ ਹੈ ਜਦੋਂ ਉਹ ਵੇਲਣੇ ਤੋਂ ਰੋ ਰਸ ਪੀਣ ਲਈ ਕਹਿੰਦਾ ਹੈ ਮਤਲਬ ਗੇਂਜੂਸ ਜਿਹਨੂੰ ਰਸ ਕਹਿੰਦੇ ਨੇ ਗੇਂਜੂਸ ਵੇਲਣਾ ਮਤਲਬ ਜਿਹੜਾ ਹੱਥ ਨਾਲ ਚਲਾਉਂਦੇ ਨੇ ਰੋ ਵਾਲਾ ਭਾਈ ਠੀਕ ਹੈ ਉਹਨੂੰ ਕਹਿੰਦੇ ਨੇ ਵੇਲਣਾ ਜਿਦੇ ਵਿੱਚ ਗੰਨੇ ਦਾ ਰਸ ਕੱਢਿਆ ਜਾਂਦਾ ਠੀਕ ਹੈ ਫਿਰ ਇਹਦੇ ਵਿੱਚ ਵੀ ਆਖਿਆ ਕਰਾਂਗੇ ਮੱਖਣ ਆਪਣੇ ਸਾਥੀ ਨੂੰ ਕਹਿੰਦਾ ਹੈ ਕਿ ਇਹਨਾਂ ਛੋਟੇ-ਛੋਟੇ ਗਲਾਸਾਂ ਵਿੱਚ ਰਸ ਪੀਣ ਨਾਲ ਉਹਨਾਂ ਦਾ ਕੁਝ ਨਹੀਂ ਬਣਨਾ ਉਹ ਪਿੰਡ ਜਾ ਕੇ ਬਾਟੇ ਨਾਲ ਰਸ ਪੀਣਗੇ ਫਿਰ ਸਾਡਾ 6 ਨੰਬਰ ਤੇ ਵਾਰਤਾ ਲਾਪ ਹੈ ਪਰ ਭੈਣ ਵਿਆਹ ਤਾਂ ਹਾਲੀ ਸਾਲ ਦੋ ਸਾਲ ਠਹਿਰ ਕੇ ਹੀ ਕਰਨਾ ਹੈ ਪੜਨ ਪੜਦੇ ਰਹਿਣ ਦੇਸੂ ਕਾਲਜ ਕਾ ਨੂੰ ਉਠਾਣਾ ਹੋਇਆ ਕਹਿੰਦੇ ਕਿ ਇਹ ਸ਼ਬਦ ਨਰਿੰਜਨਤ ਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਡ ਵਿੱਚ ਲਿਆਏ ਗਏ ਹਨ ਇਹ ਸ਼ਬਦ ਗੁਰੂ ਬਾਜ਼ਾਰ ਜਾ ਰਹੀਆਂ ਦੋ ਔਰਤਾਂ ਵਿੱਚੋਂ ਲਾਜੋ ਨੇ ਮੁੰਡੇ ਦੀ ਮਾਂ ਨੂੰ ਉਦੋਂ ਕਹੇ ਜਦੋਂ ਮੁੰਡੇ ਦੀ ਮਾਂ ਕੁੜੀ ਨੂੰ ਕਾਲਜ ਤੋਂ ਹਟਾਉਂਦੀ ਗੱਲ ਕਰਦੀ ਹੈ ਵਿਆਖਿਆ ਇਸ ਤਰ੍ਹਾਂ ਹੈ ਕਹਿੰਦੇ ਕਿ ਲਾਜੋ ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਅਜੇ ਵਿਆਹ ਤਾਂ 6 ਸਾਲ 2 ਸਾਲ ਬਾਅਦ ਹੀ ਹੋਣਾ ਹੈ ਇਸ ਲਈ ਕੁੜੀ ਨੂੰ ਕਾਲਜ ਤੋਂ ਹਟਾਉਂਦੀ ਲੋੜ ਕੀ ਲੋੜ ਹੈ ਸਗੂ ਉਸ ਨੂੰ ਅੱਗੇ ਪੜਨ ਦੇਣਾ ਚਾਹੀਦਾ ਹੈ ਫਿਰ ਹਾ ਡਾ ਡਾ ਆ ਗਿਆ ਗੇ 7ਵਾਂ ਵਾਰਤਾਲਾਪ ਲਾਜੋ ਜੇ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਐ ਉਹਨੂੰ ਇਹ ਸ਼ਬਦ ਕਿੰਨੇ ਕੇ ਪ੍ਰਸੰਗ ਵਿੱਚ ਵੇਖਾਂਗੇ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਟ ਵਿੱਚ ਲਏ ਗਏ ਹਨ ਇਹ ਸ਼ਬਦ ਗੁਰੂ ਬਾਜ਼ਾਰ ਜਾਂ ਲਈ ਬੈਠੀਆਂ ਸਵਾਰੀਆਂ ਵਿੱਚੋਂ ਮੁੰਡੇ ਦੀ ਮਾਂ ਲਾਜੂ ਵਿਚੋਲਣ ਨੂੰ ਉਹਦੋਂ ਕਹਿੰਦੀ ਹੈ ਜਦੋਂ ਉਹ ਕੁੜੀ ਨੂੰ ਵੇਖਣ ਦੀ ਗੱਲ ਕਰਦੀਆਂ ਹਨ ਵੇਅ ਕੇ ਲਿਖਾਂਗੇ ਕਹਿੰਦੇ ਕਿ ਮੁੰਡੇ ਦੀ ਮਾਂ ਵਿਚੋਲਣ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੂੰ ਕੁੜੀ ਪਸੰਦ ਆ ਗਈ ਤਾਂ ਉਸ ਨੇ ਕੁੜੀ ਨੂੰ ਮੰਦਰੀ ਪਾ ਕੇ ਆਪਣੇ ਮੁੰਡੇ ਲਈ ਰੋਕ ਲੈਣੀ ਹੈ ਰੋਕ ਲੈਣਾ ਮਤਲਬ ਰੁਕਾ ਹੋ ਗਿਆ ਮਤਲਬ ਮੰਦਰੀ ਪਾਣ ਦਾ ਮਤਲਬ ਹੈ ਕਿ ਜਦੋਂ ਅਗੇਜਮੈਂਟ ਹੁੰਦੀ ਹੈ ਜਾਂ ਅਗੇਜਮੈਂਟ ਤੋਂ ਪਹਿਲਾਂ ਕੁੜੀ ਨੂੰ ਵੇਖਣ ਜਾਈਦਾ ਜੇ ਪਸੰਦ ਆ ਜੇ ਉੱਥੇ ਉਹਦਾ ਰੋਕਾ ਕਰ ਦੇ ਕਰ ਦਿੱਤਾ ਜਾਂਦਾ ਹੈ ਕਿ ਕੁੜੀ ਰੋਕ ਲਈ ਹੈ ਫੇਰ ਹਾਡਾ 8 ਨੰਬਰ ਤੇ वार्तालाप ਹੈ ਕਹਿੰਦੇ ਕਿ ਇਹ ਵੀ ਕੋਈ ਨੁਕਸ ਹੈ ਅਵਲ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਨਹੀਂ ਤਾਂ ਉਸ ਨੂੰ ਕਵਾਂਗੇ ਭਈ ਤੁੱਪ ਵਾਲੀ ਐਨਕ ਲਾ ਕੇ ਜਾਵੇ ਹੁਣ ਪ੍ਰਸੰਗ ਵਿੱਚ ਲਿਖਨੇ ਆ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਡ ਵਿੱਚ ਲਏ ਗਏ ਹਨ ਇਹ ਰਿਕਸ਼ੇ ਤੇ ਬੈਠੀਆਂ ਗੁਰੂ ਬੁਜਾਰ ਵੱਲ ਜਾ ਰਹੀਆਂ ਔਰਤਾਂ ਵਿੱਚੋਂ ਮੁੰਡੇ ਦੀ ਮਾਂ ਨੇ ਉਹ ਚੋਲਣ ਨੂੰ ਉਦੋਂ ਕਹੇ ਜਦੋਂ ਮੁੰਡੇ ਦੀ ਮਾਂ ਦੱਸਦੀ ਹੈ ਕਿ ਮੁੰਡੇ ਦੀ ਅੱਖ ਵਿੱਚ ਟੀਰ ਹੈ ਟੀਰ ਦਾ ਮਤਲਬ ਕਿ ਮੁੰਡਾ ਜਿਹੜਾ ਭੰਗਾ ਵੇਖਦਾ ਹੈ ਠੀਕ ਹੈ ਵਿਆਖਿਆ ਵਿੱਚ ਲਿਖਾਂਗੇ ਲਾਜੂ ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਅੱਖ ਵਿੱਚ ਟੀਰ ਹੋਣਾ ਵੀ ਕੋਈ ਵੱਡਾ ਨੁਕਸਨ ਨਹੀਂ ਵੈਸੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਨਹੀਂ ਤਾਂ ਮੁੰਡੇ ਨੂੰ ਧੁੱਪ ਵਾਲੀ ਐਨਕ ਲਾਉਣ ਲਈ ਕਹਾਂਗੇ ਫਿਰ ਹੈ ਡਾ ਹੈ ਗਾਏ 9 ਨੰਬਰ ਤੇ वार्तालाप ਪਰ ਪਤਾ ਨਹੀਂ ਕਿਈ ਬੰਦੇ ਗਰੀਬ ਦਾ ਹੱਕ ਕਿਉਂ ਮਾਰਦੇ ਆ ਭਾਈ ਹੱਕ ਦੇ ਦਿਓ ਗਰੀਬ ਨੂੰ ਉਸ ਦਾ ਫੇਰ ਕਾਹਦਾ ਰੇੜਕਾ ਇਹ ਸ਼ਬਦ ਪ੍ਰਸੰਗ ਵਿੱਚ ਲਿਖਾਂਗੇ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਟ ਵਿੱਚੋਂ ਲਏ ਗਏ ਹਨ ਇਹ ਸ਼ਬਦ ਬੰਤਾ ਆਪਣੇ ਆਪ ਨੂੰ ਉਹਦੋਂ ਕਹਿੰਦਾ ਹੈ ਜਦੋਂ ਸੀਤਲਾ ਮੰਦਰ ਜਾਣ ਵਾਲੇ ਪਹਿਲਵਾਨ ਨੇ ਉਸ ਨੂੰ ਬਿਨਾ ਮੰਗੇ ਜਾਇਜ਼ ਕਰਾਇਆ ਦੇ ਦਿੱਤਾ ਵਿਆਖਿਆ ਵਿੱਚ ਲਿਖਾਂਗੇ ਬੰਤਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਪਤਾ ਨਹੀਂ ਕੁਝ ਲੋਕ ਗਰੀਬ ਦਾ ਹੱਕ ਕਿਉਂ ਮਾਰ ਲੈਂਦੇ ਹਨ ਉਹ ਜ਼ਿਆਦਾ ਤਾਂ ਕੁਝ ਨਹੀਂ ਮੰਗਦੇ ਪਰ ਉਸ ਨੂੰ ਉਸ ਦਾ ਹੱਕ ਮਿਲਣਾ ਹੀ ਚਾਹੀਦਾ ਹੈ ਹੁਣ ਹੈਗਾ ਸਾਡਾ 10 ਤੇ ਲਾਸਟ वार्तालाਪ ਹੁਣ ਜੇ ਕੁਝ ਨਾ ਕੁਝ ਲਿਆਉਂਦੀਆਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਕੁਝ ਨਾ ਆਇਆ ਤਾਂ ਚਟ ਕਿਵੇਂ ਲੰਗੇਗਾ ਵਿਆਖਿਆ ਪ੍ਰਸੰਗ ਵਿੱਚ ਲਿਖਾਂਗੇ ਇਹ ਸ਼ਬਦ ਨਰਿੰਜਨ ਤਸਲੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਸਵੇਰ ਕਾਂਡ ਵਿੱਚ ਲਏ ਗਿਆ ਹਨ ਇਹ ਸ਼ਬਦ ਤਾਰੋ ਤਾਰੋ ਕੋਣ ਹੈ ਬੰਤੇ ਦੀ ਪਤਨੀ ਠੀਕ ਹੈ ਇਹ ਸ਼ਬਦ ਤਾਰੋ ਬੰਤੇ ਨੂੰ ਉਹਦੂ ਕਹਿੰਦੀ ਹੈ ਜਦੋਂ ਉਹ ਉਸ ਨੂੰ ਮਾਸਟਰ ਦੇ ਹੱਕar ਕੰਮ ਕਰਨ ਤੋਂ ਰੋਕਦਾ ਹੈ ਵਿਆਖਿਆ ਵਿੱਚ ਲਿਖਾਂਗੇ ਤਾਰੋ ਬੰਤੇ ਨੂੰ ਕਹਿੰਦੀ ਹੈ ਕਿ ਜੇਕਰ ਉਹ ਹੁਣ ਕੰਮ ਕਰਦੀ ਹੈ ਤਾਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ ਪਰ ਜੇਕਰ ਉਹ ਵੇਲੇ ਘਰ ਬੈਠ ਗਈ ਤਾਂ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਣਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਹਡਾ ਜਿਹੜਾ ਨਾਵਲ ਹੈ ਇੱਕ ਹੋਰ ਨਵਾਂ ਸਾਲ ਇੱਕ ਹੋਰ ਨਵਾਂ ਸਾਲ ਦਾ ਸਵੇਰ ਕਾਟ ਕੰਪਲੀਟ ਹੋ ਗਿਆ ਠੀਕ ਹੈ ਬੇਟਾ ਇਹਦੀ ਬੈਕ ਐਕਸਰਸਾਈਜ਼ ਵੀ ਪੂਰੀ ਕੰਪਲੀਟ ਹੈ ਤੇ ਨੈਕਸਟ ਵੀਡੀਓ ਵਿੱਚ ਅਸੀਂ ਦੁਪਹਿਰ ਦਾ ਕਾਂਡ ਜਿਹੜਾ ਉਹ ਸ਼ੁਰੂ ਕਰਾਂਗੇ ਇਹਨੂੰ ਅੱਛੀ ਤਰ੍ਹਾਂ ਦੇਖ ਲਓ ਸੁਣ ਲਓ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਤੁਹਾਨੂੰ ਕੁਐਸਚਨ ਆਨਸਰ ਯਾਦ ਹੋ ਜਾਣ ਮਿਲਦੇ ਆ ਨੈਸਟ